ਹਾਂਜੀ ਕਿੱਦਾਂ ਸਾਰੇ ਇਹ ਵੀਡੀਓ ਸਾਰੇ ਪਾਸੇ ਪਚਾਓ ਕੈਨੇਡਾ ਦੇ ਵੀਜ਼ੇ ਦਾ ਦੱਸਦੇ ਆਂ ਜੀ ਕਿਹੜੀਆਂ ਨਮਾਇਕ ਹੋ ਸਕਦੇ ਆ ਪਹਿਲਾਂ ਸਭ ਤੋਂ ਪਹਿਲਾਂ ਖੁਸ਼ੀ ਵਾਲੀ ਗੱਲ BBC ਜਿਹੜਾ ਕਿ ਸਾਰੀ ਦੁਨੀਆ 'ਚ ਪੜਿਆ ਸੁਣਿਆ ਜਾਂਦਾ ਉਹਨਾਂ ਨੇ ਵੀ ਦਿਖਾ ਦਿੱਤਾ ਪਈ ਸਿੱਖਾਂ ਨੂੰ ਝੂਠਾ ਟਾਰਗੇਟ ਕਰਦਿਆ ਸੀ ਗੋਦੀ ਮੀਡੀਆ ਦੇਖ ਸਕਦੇ ਆਂ BBC ਨਿਊਜ਼ ਫੇਕ ਸੋਸ਼ਲ ਮੀਡੀਆ ਪ੍ਰੋਫਾਈਲਸ ਟਾਰਗੇਟਿੰਗ ਸੈਕਸ ਐਕਸਪੋਜ਼ਡ ਦੇਖ ਸਕਦੇ ਆਂ ਫੇਕ ਸੋਸ਼ਲ ਮੀਡੀਆ ਪ੍ਰੋਫਾਈਲ ਜਿਹੜੇ ਸਿੰਘਾਂ ਨੂੰ ਪੰਜਾਬੀਆਂ ਨੂੰ ਟਾਰਗੇਟ ਕਰਦੇ ਸੀ ਬਦਨਾਮ ਕਰਦੇ ਸੀ ਪਈ ਇਹਨਾਂ ਨੇ ਤਿਰੰਗੇ ਦਾ ਅਪਮਾਨ ਕੀਤਾ ਇਹਨਾਂ ਨੇ ਇਦਾਂ ਕੀਤਾ ਉਦਾਂ ਕੀਤਾ ਬਾਈ ਜੀ ਜਿਹੜਾ ਇੰਡੀਆ 'ਚ ਗੋਦੀ ਮੀਡੀਆ ਝੂਠ ਬੋਲ ਸਕਦਾ ਜਿਹੜਾ ਅੰਤਰਰਾਸ਼ਟਰੀ ਮੀਡੀਆ ਜਿਨ੍ਹਾਂ ਤੇ ਜਿਨ੍ਹਾਂ ਨੂੰ ਕਿਸੇ ਦਾ ਡਰ ਨਹੀਂ ਭੈ ਨਹੀਂ ਜਿਨ੍ਹਾਂ ਨੂੰ ਅਸਲੀ ਮੀਡੀਆ ਕਿਹਾ ਜਾਂਦਾ ਉਹਨਾਂ ਨੇ ਵੀ ਬਾਈ ਜੀ ਜੋ ਸਾਚਿਆ ਸੱਚ ਦਾ ਨਵੇੜਾ ਕਰਤਾ ਦੋਰੀ ਜਿੱਤ ਹੋਈ ਆ ਇੱਕ ਤਾਂ ਕਾਨੂੰਨਾਂ ਦੀ ਹਣਾ ਉਹ ਸਭ ਨੂੰ ਪਤਾ ਤੇ ਇਹ ਵੀ ਜੇਤੀ ਆ ਜੀ ਜਿਹੜਾ ਬਦਨਾਮ ਕੀਤਾ ਜਾ ਰਿਆ ਸੀ ਸਾਨੂੰ ਪੰਜਾਬੀਆਂ ਨੂੰ ਸਿੱਖਾਂ ਨੂੰ ਦੁਨੀਆ ਭਰ ਚ ਭੀ ਇਦਾਂ ਆ ਉਹਦਾਂ ਆ ਦੇਖ ਸਕਦੇ ਆ ਬੀਬੀਸੀ ਨੇ ਨਿਊਜ਼ ਦਿੱਤੀ ਆ ਤੇ ਦੱਸਿਆ ਆ ਵੀ ਸਾਰਾ ਕੁਝ ਉਹ ਝੂਠ ਸੀ ਸਿੱਖਾਂ ਨੂੰ ਝੂਠਾ ਬਦਨਾਮ ਕਰਦਾ ਪਿਆ ਸੀ ਭਾਰਤੀ ਮੀਡੀਆ ਤੁਹਾਡੇ ਸਾਹਮਣੇ ਆ ਜੀ ਧੰਨਵਾਦ ਸ਼ੁਕਰੀਆ ਬੀਬੀਸੀ ਦਾ ਤੇ ਹੋਰਾਂ ਦਾ ਵੀ ਜਿਨ੍ਹਾਂ ਨੇ ਕੀਤਾ ਤੇ ਤੁਹਾਨੂੰ ਦਿਖਾਉਨੇ ਆ ਜੀ ਕੈਨੇਡਾ ਦੇ ਬੀਜਿਆਂ ਦੀ ਵੀਡੀਓ ਆ ਸਾਰੇ ਪਾਸੇ ਸ਼ੇਅਰ ਕਰਿਓ ਇੱਕ ਪ੍ਰੋਵੈਂਸ ਉੱਥੇ ਇਦਾਂ ਦੀ ਹੈ ਜਿੱਥੇ ਜੌਬ ਆਫਰ ਦੀ ਲੋਡ ਹੈ ਨੀਗੀ ਤੇ ਤੁਹਾਨੂੰ ਇਹ ਵੀ ਦਿਖਾਉਣਾ ਅੱਜ ਤੋਂ 2 ਸਾਲ ਪਹਿਲਾਂ ਮੇਰੀ ਵੀਡੀਓ ਦੇਖ ਕੇ ਪੰਜਾਬ ਤੋਂ ਇੱਕ ਕੁੜੀ 50000 ਰੁਪਏ ਚ ਪੀਆਰ ਆਈ ਸੀਗੀ 50000 ਰੁਪਏ ਚ ਪਾਇਮੈਂਟ ਦੀ ਉਹਦੀ ਆਵਾਜ਼ ਚ ਕੁੜੀ ਦੀ ਬਾਅਦ ਚ ਵੀਡੀਓ ਵੀ ਆ ਵੀ ਕਿਹੜੇ ਕਿਹੜੇ ਸਟੈਪੋ ਨੇ ਕੀਤੇ ਸੀ ਤੇ ਤੁਹਾਨੂੰ ਦਿਖਾਉਣਾ ਭਰਾਵੋ ਕੈਨੇਡਾ ਦਾ ਸਾਰੇ ਪਾਸੇ ਸਟਰਗਲ ਕਰ ਰਿਹਾ ਆ ਰਫਿਊਜੀਆ ਦਾ ਵੀ ਇਹਨਾਂ ਦਾ ਟਾਰਗੇਟ ਸੀ ਦੇਖ ਸਕਦੇ ਆ ਕੈਨੇਡਾ ਸਟਰਗਲਿੰਗ ਟੂ ਮੀਟ ਰਫਿਊਜੀ ਟਾਰਗੇਟ ਨੰਬਰ ਆਫ 221 ਇਹਨਾਂ ਦਾ ਰਫਿਊਜੀਆ ਦਾ ਕਿੰਨੇ ਹਜ਼ਾਰ ਟਾਰਗੇਟ ਸੀ ਉਹ ਵੀ ਨਹੀਂ ਪੂਰਾ ਹੋਇਆ ਉਹ ਵੀ ਤੁਹਾਨੂੰ ਦਿਖਾਉਣਾ ਆ ਜੀ ਜਿਹੜੇ ਨਵੇਂ ਮਨਿਸਟਰ ਆਏ ਆ ਜੀ ਆਪਣੇ ਇਮੀਗ੍ਰੇਸ਼ਨ ਮਨਿਸਟਰ ਜੀ ਉਹਨਾਂ ਦੀ ਜਿਹੜੀ ਨਵੀਂ ਇੰਟਰਵਿਊ ਦਾ ਵੀ ਦੱਸਦਾ ਤੇ ਮੇਰੀ ਇੱਕ ਇਮੀਗ੍ਰੇਸ਼ਨ ਵਾਲੇ ਉੱਚ ਅਧਿਕਾਰੀ ਹੈਗੇ ਆ ਪਣੇ ਤੇ ਉਹਨਾਂ ਨਾਲ ਬਾਤ ਗੱਲਬਾਤ ਹੋਈ ਜਿਨ੍ਹਾਂ ਦੀਆਂ ਵੀ ਐਪਲੀਕੇਸ਼ਨ ਲੱਗੀਆਂ ਹੁਣ ਬਹੁਤ ਪ੍ਰੋਸੀਜਰ ਤੇਜ਼ ਹੋ ਜਾਣਾ ਦੇਖਿਓ 2 4 5 7 ਦਿਨਾਂ ਚ ਜਿਨ੍ਹਾਂ ਦੇ ਵੀ ਪੇਪਰ ਭਾਵੇਂ ਇੰਡੀਆ ਤੋਂ ਲੱਗਿਓ ਜਾਂ ਕਿਤੇ ਹੋ ਵੀ ਤੁਹਾਨੂੰ ਰਿਪਲਾਈ ਹੁਣ ਦੜਾ ਦੜਾਉਣ ਲੱਪੈਣੇ ਆ ਤੇ ਆ ਦੇਖੋ ਤੇ ਬਾਈ ਜੀ 2 ਸਾਲ ਪਹਿਲਾਂ ਦੀ ਵੀਡੀਓ ਆ 50000 ਰੁਪਏ ਚ ਭਾਰਤ ਤੋਂ ਕੈਨੇਡਾ ਕਿਵੇਂ ਪੀਆਰ ਆਇਆ ਜਾ ਸਕਦਾ ਦੇਖ ਸਕਦੇ ਆ 2 ਸਾਲ ਪਹਿਲਾਂ 23 ਮਿੰਟ ਦੀ ਵੀਡੀਓ ਹੈ ਮੇਰੀ ਆਵਾਜ਼ ਨਹੀਂ ਕੁੜੀ ਦੀ ਆਵਾਜ਼ ਉਹਨੇ ਸਟੈਪ ਬਾਈ ਸਟੈਪ ਦੱਸਿਆ ਹੋਇਆ ਜੇ ਤੁਸੀਂ ਨਹੀਂ ਦੇਖੀ ਵੀਡੀਓ ਜੈਸ ਜੈਸ ਲਿਖੋ ਕਮੈਂਟਾਂ ਚ ਮੈਂ ਇਸੇ ਪੇਜ ਤੇ ਦੁਬਾਰਾ ਸ਼ਾਮ ਨੂੰ ਅਪਲੋਡ ਕਰ ਦੂੰਗਾ 23 ਮਿੰਟ ਧਿਆਨ ਨਾਲ ਸੁਣਿਓ ਬਾਈ ਜੀ ਜਿਹੜਾ ਤੁਸੀਂ ਆਪਣਾ ਸਮਾਂ ਇੱਧਰ ਉੱਧਰ ਬਰਥ ਕਰਦੇ ਆ ਚੰਗੇ ਪਾਸੇ ਲਾ ਲਓ ਤੁਹਾਡਾ ਆ ਭਈ ਇਹ 50000 ਰੁਪਏ ਕੀ ਹੁੰਦਾ ਯਾਰ ਹਜ਼ਾਰ ਡਾਲਰ ਚ 50000 ਨਾਲ ਪੀਆਰਆਈ ਕੁੜੀ ਪੀਆਰਆਈ ਕੁੜੀ ਉਹਦੀ ਆਵਾਜ਼ ਹੈ 23 ਮਿੰਟ ਦੀ ਵੀਡੀਓ ਸਟੈਪ ਬਾਈ ਸਟੈਪ ਵੀ ਸਭ ਤੋਂ ਪਹਿਲਾਂ ਉਹਨੇ ਕੀ ਕੀਤਾ ਕਿਹੜੇ ਪੇਪਰ ਵਰਤੇ ਜਿਨੇ ਨਹੀਂ ਦੇਖੀ ਜੈ ਜਿ ਲਿਖ ਦਿਓ ਮੈਂ ਸ਼ਾਮ ਨੂੰ ਫਿਰ ਅਪਲੋਡ ਕਰ ਦੂੰਗਾ ਹਾਂਜੀ ਤੇ ਆ ਨਵੀਂ ਇਹਨਾਂ ਦੀ ਇੱਕ ਪ੍ਰੋਵੈਂਸia ਜੀ ਨੋਵਾ ਸਕੋਸ਼ੀਆ ਇਮੀਗ੍ਰੇਟ ਟੂ ਕੈਨੇਡਾ ਵਿਦਆਊਟ ਏ ਜੋਬ ਆਫਰ ਨੋਵਾ ਸਕੋਸ਼ੀਆ ਪੀ ਐਨ ਪੀ ਨੋਵਾ ਸਕੋਸ਼ੀਆ ਸੀਕਸ ਟੂ ਇਨਕਰੀਜ਼ ਇਟਸ ਪੋਪੂਲੇਸ਼ਨ ਐਂਡ ਕਨਵੀ ਗਰੋਥ ਥਰੂ ਇਮੀਗ੍ਰੇਸ਼ਨ ਐਂਡ ਦਾ ਇਨਫਲਕਸ ਆਫ ਨਿਊ ਕਮਰਸ ਫਰੋਮ ਅਬ੍ਰੋਡ ਦੇਖ ਲਓ increase its population ਬੰਦੇ ਹੀ ਨਹੀਂ ਰਹਿੰਦੇ ਉੱਥੇ ਕਿੱਥੇ ਕਿੱਥੇ ਬੰਦੇ ਚਾਹੀਦੇ ਕੈਨੇਡਾ ਦੇ ਕਿਹੜੀਆਂ ਕਿਹੜੀਆਂ ਸਟੇਟਾਂ 'ਚ ਉਹ ਤੁਹਾਨੂੰ ਦਿਖਾਉਣਾ ਬਾਈ ਜੀ ਮੈਂ ਕੋਈ ਵਕੀਲ ਨਹੀਂ ਮੈਂ ਕੋਈ ਏਜੰਟ ਨਹੀਂ ਆਪਾਂ ਕਿਸੇ ਤੋਂ ਕੋਈ ਚਾਰਜ ਨਹੀਂ ਕਰੀਦਾ ਜੋ ਸਾਨੂੰ ਪਤਾ ਮਾੜੀ ਮੋਟੀ ਨੋਲਜ ਹੈ ਤੁਹਾਡੇ ਤੱਕ ਸ਼ੇਅਰ ਕਰ ਦੇ ਦੀ ਆ ਵੀਜ਼ਾ ਤੁਸੀਂ ਆਪਣੀ ਮਿਹਨਤ ਨਾਲ ਲਵਾਉਣਾ ਆ ਹਨਾ ਆ ਦੇਖੋ ਜੀ ਆਪਣੇ ਨਵੇਂ ਇਮੀਗ੍ਰੇਸ਼ਨ ਮਨਿਸਟਰ ਆ ਦੇਖ ਸਕਦੇ ਆ ਕੈਨੇਡਾ ਓਪਨ ਟੂ ਰੈਪਿੰਗ ਅਪ ਰਿਕਾਰਡ ਇਮੀਗ੍ਰੇਸ਼ਨ ਨਿਊ ਮਨਿਸਟਰ ਸੇਜ਼ 18 ਤਰੀਕ ਨੂੰ ਇਹਨਾਂ ਦੀ ਇੰਟਰਵਿਊ ਆਈ ਸੀ ਕੰਟਰੀ ਵਿਲ ਅਚੀਵ 4 ਲੱਖ 1000 ਬੰਦੇ ਦਾ ਗੋਲਿਆ 2021 ਚ ਮਹੀਨਾ ਰਹਿ ਗਿਆ ਜਸਟ ਇੱਕ ਤੇ ਅਗਲੇ ਸਾਲ 4 ਲੱਖ 11000 ਉਤੋਂ ਅਗਲੇ ਸਾਲ 4 ਲੱਖ 21000 ਹਨਾ ਨੈਸ਼ਨਲ ਰਿਲਾਈਂਗ ਹੈਵਲੀ ਔਰ ਨਿਊ ਕਮਰਸ ਟੂ ਡਰਾਈਵ ਇਕਨੋਮਿਕ ਗਰੋਥ ਰਿਲਾਈਂਗ ਨਿਰਪਰ ਭੀ ਜਿਹੜਾ ਕੈਨੇਡਾ ਆ ਉਹ ਜਿਹੜੇ ਬਾਹਰੋਂ ਲੋਕ ਆਉਣੇ ਉਹਨਾਂ ਤੇ ਹੀ ਨਿਰਭਰਿਆ ਸੋ ਬਹੁਤ ਜ਼ਿਆਦਾ ਲੋਕ ਚਾਹੀਦੇ ਦੇਖ ਸਕਦੇ ਨਵੇਂ ਇਮੀਗ੍ਰੇਸ਼ਨ ਮਿਨਿਸਟਰ ਜੀ ਤੇ ਇੱਕ ਤੱਥ ਤੁਹਾਨੂੰ ਹੋਰ ਦੱਸ ਦਿੰਦਾ ਜੀ ਐਮਟੀ ਕੀ ਆ ਇਹ ਤੁਸੀਂ ਅਕਸਰ ਦੇਖਿਆ ਹੋਣਾ ਇਹਦਾ ਵੀ ਤੱਥ ਦੱਸ ਦਿੰਨਾ ਹਨਾ ਗ੍ਰੀਨਵਿਚ ਮੀਨ ਟਾਈਮ ਗ੍ਰੀਨਵਿਚ ਇੱਕ ਸ਼ਹਿਰ ਹੈ ਇੰਗਲੈਂਡ ਚ ਉੱਥੇ ਕਲੌਕ ਲੱਗਾ ਹੋਇਆ ਉੱਥੋਂ ਸਾਰੀ ਦੁਨੀਆ ਦਾ ਟਾਈਮ ਨਿਰਪਰ ਕਰਦਾ ਆ ਜੀ ਐਮ ਟੀ ਮਾਈਨਸ ਪਲੱਸ ਹਨਾ ਵੀ ਉੱਥੋਂ ਇੰਗਲੈਂਡ ਦਾ ਸ਼ਹਿਰ ਹੈ ਗ੍ਰੀਨਵਿਚ ਜੀ ਤੇ ਗ੍ਰੀਨਵਿਚ ਐਮ ਤੇ ਮੀਨ ਟੀ ਤੇ ਟਾਈਮ ਗ੍ਰੀਨਵਿਚ ਮੀਨ ਟਾਈਮ ਉਹ ਕਲੌਕ ਵੀ ਤੁਹਾਨੂੰ ਦਿਖਾਉਣਾ ਚਲੋ ਦਿਖਾਈ ਦਿੰਨਾ ਪਹਿਲਾਂ ਇੱਕ ਬੰਦਾ ਆ ਨਾ ਸ਼ੇਫਰਡ ਆ ਦੇਖ ਸਕਦੇ ਆ ਸ਼ੇਫਰਡ ਉਹ ਬੰਦੇ ਨੇ ਲਵਾਇਆ ਸੀ ਅੱਜ ਤੋਂ ਕਈ ਸੌ ਸਾਲ ਪਹਿਲਾਂ ਇੱਕ ਕਲॉक ਇਹ ਕਲॉक ਨਾਲ ساری ਦੁਨੀਆ ਦਾ ਟਾਈਮ ਨਿਰਪਰ ਕਰਦਾ ਆ ਪਲੱਸ ਮਾਈਨਸ ਜੋ ਵੀ ਜੀ ਐਮਟੀ ਜਿਹੜਾ ਮੇਨ ਦੁਨੀਆ ਦਾ ਟਾਈਮ ਆ ਗ੍ਰੀਨਵਿਚ ਇੰਗਲੈਂਡ ਦੇ ਲੰਡਨ ਕੋਲ ਇੱਕ ਟਾਊਨ ਆ ਉੱਥੇ ਇੱਕ ਕਲॉक ਲੱਗਾ ਹੋਇਆ ਆ ਤੁਸੀਂ ਆਪ ਵੀ ਪੜ੍ਹ ਸਕਦੇ ਜੀ ਐਮ ਟੀ ਕਿਉਂ ਲਿਖਿਆ ਜਾਂਦਾ ਕੀ ਦਾ ਭਾਵ ਆ ਗ੍ਰੀਨਵਿਚ ਸ਼ਹਿਰ ਤੋਂ ਇਸੇ ਟਾਈਮ ਤੋਂ ਹੀ ਸਾਰਾ ਹੁਣ ਸਾਰੀ ਦੁਨੀਆ ਦੇ ਟਾਈਮ ਅੱਗੇ ਪਿੱਛੇ ਜੋ ਵੀ ਹੈ ਨਾ ਮੇਨ ਟਾਈਮ ਦੁਨੀਆ ਦਾ ਇਸ ਨੂੰ ਕਿਹਾ ਜਾਂਦਾ ਜਿਹੜਾ ਉੱਥੇ ਕਲੌਕ ਲੱਗਾ ਹੋਇਆ ਆ ਜੀ ਐਮ ਟੀ ਸੋ ਤਾਂ ਲਿਖਿਆ ਜਾਂਦਾ ਹੈ ਨਾ ਸੋ ਹੋਰ ਦਿਖਾਉਣੇ ਆ ਜੀ ਤੁਹਾਨੂੰ ਸੋ ਕੈਨੇਡਾ ਦੇ ਬੀਜੇ ਦੀ ਗੱਲ ਬਾਤ ਤੁਹਾਨੂੰ ਦਿਖਾਉਣੇ ਆ ਤੇ ਇੱਕ ਆਪਣਾ ਥੇਲੀ ਪੋਸਟ ਵਾਲਿਆਂ ਦਾ ਵੀ ਦੱਸਦੇ ਆ ਯਾਰ ਥੇਲੀ ਪੋਸਟ ਵਾਲਿਆਂ ਨੇ ਬਹੁਤ ਗੰਦ ਪਾਇਆ ਇੱਕੋ ਹੀ ਵੀਡੀਓ 100 ਵਾਰੀ ਆਪਣੇ ਹੀ ਬੰਦੇ ਉਹਨਾਂ ਦੀ ਸ਼ੇਪ ਸੈਨਾ ਦੇ ਬਣਾ ਕੇ ਤੇ ਕਹਿੰਦੇ ਜੀ ਇ ਉਪਰਲਾ ਇਹਨਾਂ ਦੀ ਦਿਖਾਉਨੇ ਆ ਆ ਤੁਸੀਂ ਸਾਰਿਆਂ ਨੇ ਵੀਡੀਓ ਦੇਖੀ ਹੋਣੀ ਕੱਲਾ ਹੀ ਪੱਤਰਕਾਰ ਪਿਹੜਿਆ ਸ਼ਿਵਸੇਨ ਵਾਲਿਆਂ ਨਾਲ ਕੱਲਾ ਹੀ ਪੱਤਰਕਾਰ ਪਿਹੜਿਆ ਪਹਿਲਾਂ ਥੇਲੀ ਪੋਸਟ ਲੁਧਿਆਣਾ ਥੇਲੀ ਪੋਸਟ ਜਲੰਧਰ ਥੇਲੀ ਪੋਸਟ 3600 ਜਗਾ ਤੇ ਨਹੀਂ ਵੀਡੀਓ ਬਾਰ ਬਾਰ ਰਿਪੀਟ ਕਰ ਕਰ ਲੋਕਾਂ ਨੇ ਵੀ ਦੇ ਤਰੇ ਦੀ WhatsApp ਤੇ ਸਾਰੇ ਪਾਸੇ ਸ਼ੇਅਰ ਕਰ ਕਰ ਰੱਖੇ ਜੀ ਕੱਲਾ ਹੀ ਪੱਤਰਕਾਰ ਸ਼ਿਵਸੇਨ ਵਾਲਿਆਂ ਨਾਲ ਪੜ ਗਿਆ ਉਹ ਭਲਿਓ ਲੋਕੋ ਉਹ ਭਲਿਓ ਲੋਕੋ ਕਾਮਨ ਸੈਂਸ ਕਾਮਨ ਸੈਂਸ ਕਾਮਨ ਸੈਂਸ ਅੱਜ ਕੱਲ ਕਾਮਨ ਨਹੀਂ ਹੋ ਇਹਨਾਂ ਦੇ ਆਪਣੇ ਹੀ ਬੰਦੇ ਆ ਥੇਲੀ ਪੋਸਟ ਦੇ ਕੋਈ ਸ਼ਿਵਸੇਨ ਵਾਲੇ ਨਹੀਂ ਸ਼ਿਵਸੇਨ ਵਾਲੇ ਭਾਜਪਾ ਵਾਲਿਆਂ ਨੂੰ ਰੋਟੀ ਖਾਂਦਿਆਂ ਨੂੰ ਚੱਕੇ ਚੇਲ ਚ ਡੱਕ ਦਿੰਦੇ ਆ ਇਹਨਾਂ ਉਹਨਾਂ ਦਾ ਇੱਕ ਦੂਜੇ ਦਾ ਟਕਰਾਵ ਆ ਆ ਦੇਖ ਸਕਦੇ ਆ ਤੇ ਵੀਡੀਓ 10 ਘੰਟੇ 37 ਮਿੰਟ ਦੀ ਇੱਕੋ ਹੀ ਵੀਡੀਓ ਲੂਪ ਤੇ ਲਾਈਓ ਬਾਰ ਬਾਰ ਤਾਂ ਜੋ ਲੋਕ ਦੇਖੀ ਜਾਣ ਦੇਖੀ ਜਾਣ ਸਾਡੇ ਡਲ ਰਾਈ ਜਾਣ ਇਹ ਕਿਦਾਂ ਤੁਹਾਨੂੰ ਮੂਰਖ ਬਣਾਉਂਦੇ ਢੇਲੀ ਪੋਸਟ ਵਾਲੇ ਤੁਹਾਨੂੰ ਦਿਖਾਉਣਾ ਇੱਕ ਸਕਿੰਟ ਰੁਕੋ ਆ ਦੇਖੋ ਆ ਬਾਈ ਜੀ ਨਾਰਾਇਣ ਰਾਣੇ ਬੀਜੇਪੀ ਦਾ ਰਾਸ਼ਟਰੀ ਮੇਨ ਲੀਡਰਾਂ ਚੋਂ ਇੱਕ ਆ ਰੋਟੀ ਖਾਂਦਾ ਸੀ ਰੋਟੀ ਦੀ ਪਲੇਟ ਵੀ ਨਾਲ ਹੀ ਪੁਲਿਸ ਚੱਕ ਕੇ ਲੈ ਗਈ ਕਹਿੰਦੇ ਪੁੱਤ ਆ ਜਾ ਇੱਧਰ ਸ਼ੇਵਸੇਨਾ ਦੀ ਤਾਂ ਬੀਜੇਪੀ ਨਾਲ ਹੁਣ ਮੈਂ ਤੁਹਾਨੂੰ ਦੱਸਾਂ ਇੱਟ ਕੁੱਤੇ ਦਾ ਬੈਰ ਆ ਸ਼ੇਵਸੇਨ ਨਾਲ ਇੱਕ ਦਿ ਵੀ ਤਾਰੀਫ ਨਹੀਂ ਕਰ ਸਕਦੇ ਮੋਦੀ ਦੀ ਆ ਦੇਖੋ ਰੋਟੀ ਖਾਂਦਾ ਸੀ ਬੀਜੇਪੀ ਦਾ ਨਾਰਾਇਣ ਰਾਣੇ ਪੁਲਿਸ ਆਈ ਮਹਾਰਾਸ਼ਟਰ ਚ ਉੱਥੇ ਦੇ ਮੁੱਖ ਮੰਤਰੀ ਠਾਕਰੇਵਾਰੇ ਨੇ ਕੁਝ ਕਿਹਾ ਸੀ ਪਹਿਲਾਂ ਹਨਾ ਸੋ ਵਗਲੇ ਰੋਟੀ ਖਾਂਦੇ ਦੀ ਪਲੇਟ ਵੀ ਚੱਕ ਕੇ ਲੈ ਗਿਆ ਚੱਲ ਪੁੱਤ ਤੈਨੂੰ ਥਾਣੇ 'ਚ ਖਿਲਾਉਨੇ ਆ ਰੋਟੀ ਸੋ ਇਹ ਤੁਹਾਡਾ ਬਹਿਮ ਬਹਿਮ ਕੀ ਉਹਦੇ ਆਪਣੇ ਹੀ ਬੰਦੇ ਆ ਯਾਰ ਕੋਈ ਪੱਤਰਕਾਰ ਨਾ ਨਹੀਂ ਉਹ ਲੜਦਾ ਉਹ ਲਾਈਕ ਹੁਣ ਤੁਸੀਂ ਪਤਾ ਕੀ ਗੱਲ ਆਪਣੇ ਲੋਕਾਂ ਦਾ ਉਹੀ ਹਾਲ ਆ ਵੀ WWE ਪਈ ਅਸਲੀ ਹੁੰਦੀ ਆ ਹਨਾ ਵੀ ਜਿਹੜਾ ਅੰਡਰਟੇਕਰ ਆ ਉਹਦੀ ਜਾਣ ਤੋਤੇ ਚ ਆ ਹਨਾ ਉਹ ਤੋਤਾ ਇੱਕੋ ਚ ਆ ਉਹ ਹਿਸਾਬ ਕਿਤਾਬ ਅੱਜ ਗੱਲ ਆਪਣੇ ਲੋਕਾਂ ਦਾ ਉਹ ਭਰਾ ਉਹ ਪੱਤਰਕਾਰ ਛੇਪਸੈਨਾ ਕੋਈ ਨਹੀਂ ਉਹਨਾਂ ਦੇ ਆਪਣੀ ਬੰਦੇ ਸੀ ਢੇਲੀ ਪੋਸਟ ਦੇ ਵੀ ਆਪਾਂ ਲੋਕਾਂ ਨੂੰ ਮੂਰਖ ਬਣਾ ਕੇ ਡਾਲਰ ਕਮਾਈਏ ਤੇ ਆਪਣੇ ਅੱਦੇ ਅੱਦੇ ਵੰਡ ਲਈਏ ਤੇ ਤੁਸੀਂ ਗਾਂਹ ਦੀ ਗਾਂ ਵਟਸਐਪ ਤੇ ਜੀ ਪੱਤਰਕਾਰ ਭੜ ਗਿਆ ਛੇਪਸੈਨਾ ਆ ਲਿਆ ਨਾ ਉਹ ਹੱਦ ਆ ਯਾਰ ਸਹੀ ਗੱਲ ਆ ਬਾਲਾ ਈਜ਼ੀ ਆਪਣੇ ਲੋਕਾਂ ਦੇ ਦਿਮਾਗਾਂ ਨਾਲ ਖੇਡਣਾ ਮੈਂ ਹਿਸਾਬ ਕਿਤਾਬ ਲਾ ਲਿਆ ਔਖਾ ਯਾਰ ਔਖਾ ਸੋ 6% ਵਾਲੇ ਕਦੀ ਨਹੀਂ ਤਾਰੀਫ ਕਰ ਸਕਦੇ ਮੋਦੀ ਮੋਦੀ ਦੀ ਸਹੀ ਹੈ ਨਾ ਤੇ ਹੋਰ ਦਿਖਾਉਣਾ ਜੀ ਤੁਹਾਨੂੰ ਤੇ ਬਾਕੀ ਜਿਹੜੀ ਚੱਜ ਦੀ ਚੀਜ਼ ਸ਼ੇਅਰ ਕਰਨ ਨੂੰ ਕਹੀਦਾ ਉਹ ਕਰਦੇ ਨਹੀਂਗੇ ਇਦਾਂ ਦੇ ਡਰਾਮੇ ਉਹ ਕਦਾ ਕੱਟਿਆ ਘੋੜੇ ਨੂੰ ਉਹ ਉਹ ਤੁਸੀਂ ਚਲੋ ਜੀ ਚਲੋ ਚਲੋ ਜੀ ਚਲੋ ਅਖੇ ਜੀ ਪੱਤਰਕਾਰ ਕੱਲ੍ਹ ਹੀ ਭੜ ਗਿਆ ਬੱਲੇ ਸਿੰਘ ਸੂਰਮਾ ਭੜ ਗਿਆ ਇੰਨੇ ਜਣਿਆਂ ਨਾਲ ਉਹ ਬੰਦਾ ਹੀ ਉਹਨਾਂ ਦੇ ਸੀਗੇ ਭਰਾਵੋ ਹੋਰ ਦਿਖਾਉਣਾ ਤੁਹਾਨੂੰ ਤੇ ਬਾਕੀ ਆ ਲਓ ਜੀ ਕੈਨੇਡਾ ਦੀ ਗੱਲ ਦੱਸਦੇ ਆ ਵਿੱਚ ਆ ਦੇ ਕਿਹੜੀਆਂ ਪ੍ਰਵਿੰਸਾਂ 'ਚ ਬੰਦੇ ਚਾਹੀਦੇ? ਬਾਈ ਜੀ ਕੈਨੇਡਾ ਦੀ 90% ਤੋਂ ਜ਼ਿਆਦਾ ਵਾਦੀ ਦੋ ਚਾਰ ਸਟੇਟਾਂ 'ਚ ਹੀ ਆ। ਪਹਿਲਾਂ ਮੈਂ ਦੱਸਿਆ ਸੀ ਇੱਕ ਨਿਊ ਬਰੋਸਵਿੰਕ ਦਾ ਹਨਾ ਉਹਦਾ ਵੀ ਮੈਂ 6-7 ਮਹੀਨੇ ਪਹਿਲਾਂ ਦੱਸਿਆ ਸੀ ਉੱਥੇ ਵੀ ਬਹੁਤ ਵੀਰਾਂ ਭਰਾਵਾਂ ਨੇ ਵੀਜ਼ਾ ਅਪਲਾਈ ਕੀਤਾ ਡਰਾਈਵਰਾਂ ਨੇ। ਨਿਊ ਬਰੋਸਵਿੰਕ 'ਚ ਬਹੁਤ ਬੰਦੇ ਚਾਹੀਦੇ ਆ। ਪੀਏਈ ਨੂੰ ਕਹਿੰਦੇ ਆ ਪ੍ਰਿੰਸ ਆਡਵਾਇਲੈਂਡ ਇੱਥੇ ਬਹੁਤ ਬੰਦੇ ਚਾਹੀਦੇ ਆ ਹਨਾ। ਆ ਹੁਣ ਆਪਣੀ ਨੋਵਾ ਸਕੋਸ਼ੀਆ ਜਿਹੜੀ ਮੈਂ ਦੱਸਣ ਡਿਆ ਇੱਥੇ ਬਹੁਤ ਬੰਦੇ ਚਾਹੀਦੇ ਆ ਤੇ ਸੈਂਟ ਜੌਨ ਰਾਜਧਾਨੀ ਆ ਨਿਊ ਫਾਉਂਡਲੈਂਡ ਐਂਡ ਲੈਬਰੋਰ ਲੈਬਰਰ ਦਾਰਦੀ ਇਹ ਚਾਰ ਪੰਜ ਸਟੇਟਾਂ ਚ ਬਹੁਤ ਜ਼ਿਆਦਾ ਬੰਦੇ ਚਾਹੀਦੇ ਆ ਸੋ ਇਹਨਾਂ ਦੇ ਬਾਰੇ ਸਰਚ ਕਰਿਆ ਕਰੋ ਆਪਣੇ ਤੌਰ ਤੇ ਇਹਨਾਂ ਸਟੇਟਾਂ ਦੇ ਨਾਮ ਲਿਖ ਕੇ ਪਿੱਛੇ ਪੀ ਐਨ ਪੀ ਲਿਖ ਦਿਆ ਕਰੋ ਜਾਂ ਇਮੀਗ੍ਰੇਸ਼ਨ ਲਿਖ ਦਿਆ ਕਰੋ ਸੋ ਇਹਨਾਂ ਬਾਰੇ ਮੋਸਟਲੀ ਸਰਚ ਕਰਿਆ ਕਰੋ ਇੱਧਰ ਜ਼ਿਆਦਾ ਚਾਂਸ ਆ ਵੀਜ਼ਾ ਲੱਗਣ ਦੇ ਕਿਉਂਕਿ ਇੱਧਰ ਤਾਂ ਬਹੁਤ ਜ਼ਿਆਦਾ ਹੈਗੀ ਆ ਆ ਮੈਂ ਤੁਹਾਨੂੰ ਦਿਖਾਉਣਾ ਇੱਥੋਂ ਤੁਹਾਨੂੰ ਆਈਡੀਆ ਹੋ ਜਾਣਾ ਆ ਕੈਨੇਡਾ ਦਾ ਨਕਸ਼ਾ ਆ ਸਾਰੀ ਪਾਪੂਲੇਸ਼ਨ ਹੁਣ ਮੈਂ ਇੱਥੇ ਬੈਠਾ ਆ ਹਨਾ ਜਿੰਨੇ ਵੀ ਕਿਸੇ ਵੀ ਰਿਸ਼ਤੇਦਾਰ ਨੂੰ ਪੁੱਛ ਲਿਓ ਉਹਨੇ ਕਹਿਣਾ ਸਰੀ ਬੈਨਕੂਬਰ ਡਮੈਂਟਨ ਕੈਲਗਰੀ ਆਪਣੇ ਰਜਾਈ ਨਾ ਰਹਿੰਦੇ ਆ ਜਾਂ ਬੀਨੀ ਪੈਗ ਰਹਿੰਦੇ ਆ ਜਾਂ ਟ੍ਰਾਂਟੋ ਰਹਿੰਦੇ ਆ ਜਾਂ ਆਪਣੇ ਮੌਂਟਰੀਅਲ ਰਹਿੰਦੇ ਆ ਕਿਸੇ ਵੀ ਰਿਸ਼ਤੇਦਾਰ ਨੂੰ ਫੋਨ ਕਰਕੇ ਪੁੱਛ ਲਿਓ ਪੰਜਾਬੀ ਨੂੰ ਨਹੀਂ ਉੱਥੇ ਹੀ ਕਹਿਣਾ ਆ ਸਾਰਾ ਕੈਨੇਡਾ ਖਾਲੀ ਪਿਆ ਆ ਦੇਖੋ ਆ ਪਾਪੂਲੇਸ਼ਨ ਆ ਆ ਬਾਕੀ ਅਸਾਰਾ ਹੀ ਖਾਲੀ ਪਿਆ ਸੋ ਆ ਜਿਹੜੀਆਂ ਸਟੇਟਾਂ ਜੀ ਨਾ ਚੱਸੀ ਰਹਿੰਨੇ ਇਹਨਾਂ ਦਾ ਵੀ ਜਿਹੜਾ ਏਰੀਆ ਅਮਰੀਕਾ ਦੇ ਬਾਰਡਰ ਨਾਲ ਆ ਬਾਰਡਰ ਏਰੀਆ ਉੱਥੇ ਕਈ ਆ ਪਾਪੂਲੇਸ਼ਨ ਬਾਕੀ ਆ ਸਾਰਾ ਹੀ ਗਾਂ ਨੂੰ ਜਾ ਕੇ ਅਸਾਰਾ ਕੈਨੇਡਾ ਦੁਨੀਆ ਦਾ ਦੂਜੇ ਨੰਬਰ ਦਾ ਦੇਸ਼ ਆ ਖੇਤਰਫਲ ਚ ਤੇ ਆਬਾਦੀ ਆਬਾਦੀ ਮੇਂ ਕਈ ਵਾਰ ਦੱਸਦਾ ਹੁ ਨਾ ਜਿੰਨੇ ਜੂਪੀ ਚ 5 ਸਾਲ ਤੋਂ ਘੱਟ ਉਮਰ ਦੇ ਨੇ ਆਣੇ 19 ਵਾਦੀ ਆ ਆ ਦੇਖੋ ਸਾਰਾ ਖਾਲੀ ਪਿਆ ਆ ਆ ਸੋ ਹੁਣ ਆ ਵੀ ਆ ਜਿੱਧਰ ਆ ਕਹਿੰਦਾ ਮੈਨੂੰ ਬਸ ਖੁਸ਼ੀ ਆ ਵੀ ਖਾਲੀ ਪਏ ਆ ਸਹੀ ਆ ਨਾ ਸੋ ਦੇਖ ਸਕਦੇ ਆ ਹੋਰ ਦਿਖਾਉਣਾ ਤੁਹਾਨੂੰ ਸੋ ਬੰਦਿਆਂ ਦੀ ਬਹੁਤ ਜ਼ਿਆਦਾ ਲੋੜ ਆ ਬਾਈ ਜੀ ਤੇ ਜਿਹੜੀ ਨੋਵਾ ਸਕੋਸ਼ੀਆ ਦੀ ਤੁਸੀਂ ਕਿਦਾਂ ਆਪਣੇ ਆਪ ਦੀ ਟਰਾਈ ਕਰ ਸਕਦੇ ਆ ਤੁਹਾਨੂੰ ਉਹ ਵੀ ਦਿਖਾਉਣਾ ਹਨਾ ਸੋ ਆ ਦੇਖ ਸਕਦੇ ਆ ਤੇ ਆ ਲੋ ਰਿਫਿਊਜੀਆ ਦਾ ਦਿਖਾਉਣਾ ਕੈਨੇਡਾ ਇਜ਼ ਨੋ ਵੇਅਰ ਬਾਈ ਕਿਤੇ ਲਾਗੇ ਤੱਕੇ ਵੀ ਨਹੀਂ ਜਿਹੜਾ ਇਹਨਾਂ ਦਾ ਟਾਰਗੇਟ ਸੀਗਾ 81000 ਰਿਫਿਊਜੀ ਸੱਦਣ ਦਾ 2021 ਚ ਰਿਫਿਊਜੀ ਦੋ ਤਰ੍ਹਾਂ ਦੇ ਆਉਂਦੇ ਬਾਈ ਜੀ ਇੱਥੇ ਗੋਰੇ ਵੀ ਆ ਉਹ ਪ੍ਰਾਈਵੇਟ ਰਿਫਿਊਜੀ ਸਿਸਟਮ ਉਹ ਵੀ ਰਿਫਿਊਜੀ ਸੱਦਦੇ ਆ ਗੋਰੇ ਇੱਥੇ ਸਸਥਾ ਮਾਂ ਬਣੀਆਂ ਆ ਰਿਫਿਊਜੀ ਸੱਦਦੇ ਆ ਗੋਰੇ ਵੀ ਦੇਖ ਸਕਦੇ ਆ ਹਨਾ 7800 ਗਵਰਨਮੈਂਟ ਨੇ ਜਿਹੜੇ ਸੱਦੇ ਉਹ ਸੀ ਹਨਾ ਤੇ ਗਵਰਨਮੈਂਟ ਦਾ ਜਿਹੜਾ ਟਾਰਗੇਟ 12000 ਸੀ 12000 ਚੋਂ ਸਿਰਫ 7800 ਸੱਦ ਹੋਏ ਆ ਹਨਾ ਤੇ ਦੇਖ ਸਕਦੇ ਆ ਹਨਾ ਤੇ ਪ੍ਰਾਈਵੇਟ ਸਪਾਂਸਰਸ਼ਿਪ ਪ੍ਰਾਈਵੇਟਲੀ ਸਪਾਂਸਰ ਕਿਦਾਂ ਕਰਦੇ ਆ ਗੋਰੇ ਹਨਾ ਉਹ ਮੈਂ ਦੱਸੂਗਾ ਤੁਹਾਨੂੰ ਉਹ ਕਿਹੜੀਆਂ-ਕਿਹੜੀਆਂ ਕਮਿਊਨਿਟੀ ਆ ਉਹਨਾਂ ਬਾਰੇ ਵੀ ਇੱਕ ਦਿਨ ਐਕਸਪਲੇਨ ਕਰੂੰਗਾ ਹਨਾ ਸੋ ਇੱਕ ਤਾਂ ਸਰਕਾਰ ਸੱਦਦੀ ਆ ਇੱਕ ਪ੍ਰਾਈਵੇਟ ਸਪਾਂਸਰਸ਼ਿਪ ਆ ਇਧਰੋਂ ਗੋਰੇ-ਗੋਰੀਆਂ ਭਈ ਇਹ ਬੰਦੇ ਨੂੰ ਲੋੜਿਆ ਇਹ ਬੰਦਾ ਤੰਗ ਆ ਉਸ ਦੇਸ਼ 'ਚ ਤੇ ਉਹ ਵੀ ਸੱਦਦੇ ਆ ਹਨਾ ਤੇ ਤਸਵੀਰਾਂ ਰਹਿ ਗਈਆਂ ਦੋ ਕ ਸੋ ਇਦਾਂ ਦੀ ਵੀਡੀਓ ਲਈ ਕਹਿਣਾ ਨਾ ਪਵੇ ਸ਼ੇਅਰ ਕਰੋ ਇਦਾਂ ਦੀ ਵੀਡੀਓ ਤਾਂ ਬਾਈ ਜੀ ਹਰ ਇੱਕ ਪੰਜਾਬੀ ਦੇ ਫੋਨ 'ਚ ਜਾਣੀ ਚਾਹੀਦੀ ਆ ਤੇ ਦਿਖਾਉਨੇ ਆ ਜੀ ਤੁਹਾਨੂੰ ਤੇ ਆ ਬਾਕੀ ਆ ਜਿਹੜੀ ਉਹ ਗੱਲ ਆਈ ਹੈ ਨਾ ਆ ਪੜ੍ਹ ਲਿਓ ਤੁਸੀਂ ਵੀ ਨਾਰਾਇਣ ਰਾਣੇ ਵਾਸ ਈਟਿੰਗ ਵੈਨ ਕੋਪਸ ਅਰੈਸਟਡ ਹਿਮ ਬੀਜਪੀ ਰੀਲੀਜ਼ ਵੀਡੀਓ ਉਹ ਬਾਈ ਜੀ ਇਹਨਾਂ ਦੀ ਤਾਂ ਖੜਕਦੀ ਬਹੁ ਛਿਪਸੇਨਾ ਤੇ ਬੀਜਪੀ ਦੀ ਉਹਹੇ ਜੀ ਕੱਲਾ ਹੀ ਪੱਤਰਕਾਰ ਭੜਿਆ ਛਿਪਸੇਨਾ ਵਾਲਿਆਂ ਨਾਲ ਪੈਸੇ ਉਹ ਨਹੀਂ ਚੰਗੇ ਕਮਾ ਲਏ ਆ ਤੇ ਤੁਸੀਂ ਦੇਖੀ ਚਲੋ ਪੱਤਰਕਾਰ ਭੜਿਆ ਯਾਰ ਤੁਹਾਨੂੰ ਐਕਟਿੰਗ ਦਾ ਤੁਹਾਨੂੰ ਆਈਡੀਆ ਜੇ ਨਹੀਂ ਹੁੰਦਾ ਪਈ ਐਕਟਿੰਗ ਕਰਦੇ ਆ ਪਈ ਨਾਰਮਲ ਲਿਗਾ ਬੰਦੇ ਨੂੰ ਯਾਰ ਕਾਮਨ ਸੈਂਸ ਬੰਦੇ ਨੂੰ ਉਦਾਂ ਹੀ ਪਤਾ ਲੱਗ ਜਾਂਦਾ ਪਈ ਇਹ ਨਾਰਮਲ ਨਹੀਂ ਐਕਟਿੰਗ ਆ ਹਨਾ ਦੋਈ ਤਰ੍ਹਾਂ ਮਿਲੀਆਂ ਹੋਈਆਂ ਪਰ ਪਤਾ ਨਹੀਂ ਯਾਰ ਤਾਂ ਹੀ ਬਾਦਲ ਪੰਜ ਵਾਰੀ ਮੁੱਖ ਮੰਤਰੀ ਬਣ ਗਿਆ ਮੈਂ ਵੀ ਸੋਚਦਾ ਹੁੰਨਾ ਪਈ ਕਿੱਦਾਂ ਇਹ ਖਲਵਾੜ ਕਰਦਾ ਤੇ ਬਾਕੀ ਜਾਂਦੇ ਜਾਂਦੇ ਬਾਈ ਜੀ ਅਸੀਂ ਕਰਦੇ ਰਹਿੰਨੇ ਭਈਏ 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 ਫਰਾਂਸ ਤੋਂ ਦੇਖੋ ਕੁੜੀ ਕਿੰਨੀ ਸੋਹਣੀ ਅੱਖਾਂ ਦੇਖੋ ਯਾਰ ਫਰਾਂਸ ਤੋਂ ਘੁੰਮਣ ਆਈ ਸੀ ਇੰਡੀਆ ਤੇ ਗਾਈਡ ਜਿਹੜਾ ਗਾਈਡ ਕਰਦਾ ਸੀ ਉਹਨੂੰ ਹਨਾ ਵੀ ਆਹ ਆ ਵਾਲੀ ਚੀਜ਼ ਆਹ ਵਾਲਾ ਕਿਲਾ ਵਾਟ ਐਵਰ ਤੇ ਉਹਦੇ ਨਾਲ ਪਿਆਰ ਪੈ ਗਿਆ ਤੇ ਹੁਣ ਫੇਰ 5-6 ਮਹੀਨੇ ਬਾਅਦ ਵਾਪਸ ਆਈ ਤੇ ਬਰਮ ਆਲਾ ਪੈ ਗਈ ਦਿਲ ਮਿਲਿਆਂ ਦੇ ਮੇਲੇ ਹਾਂਜੀ ਦੇਖ ਸਕਦੇ ਆ ਤੁਸੀਂ ਹਨਾ ਤੇ ਆਪਾਂ ਕੰਨੇ ਰਹਿਨੇ ਚਲੋ ਛੋਟੂ ਉੱਧਰ ਜਾ ਪਨੀਰੀ ਲਾ ਦੇਖ ਲਓ ਬਾਈ ਜੀ ਦਿਲ ਮਿਲਿਆਂ ਦੇ ਮੇਲੇ ਹਣੀ ਜਾਉ ਫਰਾਂਸ ਐਫਲ ਟਾਵਰ ਕੋ ਮੂੰਹ ਚਾਰਾ ਵਧੀਆ ਹਨਾ ਤੇ ਬਾਕੀ ਕੱਲ ਦੇ ਦਿਨ ਚਲੋ ਉਚਾਮ ਨੂੰ ਦਿਖਾ ਦੂਗਾ ਵੀਡੀਓ ਹੈ ਨਾ ਆਈ ਸਭ ਤੋਂ ਪਹਿਲਾਂ ਦੁਨੀਆ ਦਾ 스마트ਫੋਨ ਰਿਲੀਜ਼ ਹੋਇਆ ਹੋਰ ਵੀ ਬਹੁਤ ਗੱਲਾਂ ਬਾਤਾਂ ਹੋਈਆਂ ਸੀ ਤੇ ਜਾਂਦੇ ਜਾਂਦੇ ਬਾਈ ਜੀ ਟਿਕਟੌਕ ਚਲੋ ਇੰਡੀਆ ਚ ਤਾਂ ਹੈ ਨਹੀਂ ਜਿਨ੍ਹਾਂ ਕੋਲ ਹੈਗਾ ਟਿਕਟੌਕ ਤੇ ਵੀ ਬਹੁਤ ਵੀਡੀਓ ਪਾਈ ਦੀਆਂ ਆਪਾਂ ਕੰਮ ਦੀਆਂ ਸਪੈਸ਼ਲੀ ਇਮੀਗ੍ਰੇਸ਼ਨ ਬਾਰੇ 64000 ਫੋਲੋਅਰ ਹੋਏ ਆ ਸਾਰੇ ਹਿੰਦੀ ਡੋਟ ਦੇ ਸਵਾਲ ਉਹ ਵੀ ਫੋਲੋ ਕਰ ਲਿਓ ਤੇ ਬਾਕੀ ਸ਼ਾਮ ਨੂੰ ਮਿਲਦੇ ਆ ਜੀ ਨਵੀਂ ਵੀਡੀਓ ਨਾਲ ਮੈਂ ਮਾੜੀ ਦਾ ਕੰਮ ਚੱਲਣਾ ਬੈਂਕੂਵਰ ਨੂੰ ਸ਼ਾਇਦ ਤੇ ਸਭ ਟਿਕ ਟਕਟੋਕ ਵੀ ਫੋਲੋ ਕਰੋ ਤੇ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਹੋਇਆ ਜੀ ਵੱਧੋ ਵੱਧ ਲਿੰਕ ਫੋਲੋ ਕਰੋ ਤੇ ਵੱਧੋ ਵੱਧ ਹਿੰਦੀ ਜਸਵੇਲ ਜਸਵੇਲ ਨਹੀਂ ਜਸਵਾਲ ਕਈ ਭਰਾਵੋ ਜੈਸਵਾਲ ਕਹਿੰਦੇ ਹਨ ਤੇ ਜੈਸਵਾਲ ਨਹੀਂ ਜਸ 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 ਪ੍ਰਭੂ ਦੇ ਜਸ ਗਾਉਣ ਵਾਲਾ ਜਸਵਾਲ ਹਿੰਦੀ ਜਸਵਾਲ ਵੱਧੋ ਵੱਧ ਫੋਲੋ ਕਰਾਓ ਜੀ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਹੁੰਦਾ ਦੇਖ ਸਕਦੇ ਆ ਹਲੋ ਜੀ ਤੇ ਕਲਿੱਕ ਕਰਨਾ ਮੜ ਜਾ ਤੇ ਰੇਡੀਓ ਖੁੱਲ ਜਾਣਾ ਆਪਣਾ ਤੇ ਰੇਡੀਓ ਤੇ ਅੱਜ ਵੀ ਨਹੀਂ ਆ ਹੁਣਾਂ ਕੰਮ ਜਿਆ ਮੈਨੂੰ ਤੇ ਆ ਛਾ ਇੱਕ ਸਿਰੇ ਤੇ ਐਡ ਆਉਣੀ ਆ ਜੀ ਇੱਕ ਆ ਮੇਰੇ ਸਿਰ ਤੇ ਐਡ ਆਉਣੀ ਆ ਜੀ ਚਾਲ ਜੀ ਮੇਰੇ ਰੇਡੀਓ ਤੇ ਫੇਸਬੁੱਕ ਦੀ ਐਡ ਆਉਂਦੀ ਆ ਕਹਿੰਦੇ ਫੇਸਬੁੱਕ ਤੇ ਆਈਡੀ ਬਣਾਓ ਉਹ ਭਰਾਵੋ ਹੈਗੀ ਆ ਲੋਕੇਸ਼ਨ ਦੇ ਹਿਸਾਬ ਨਾਲ ਆਉਣੀ ਏ ਤੁਹਾਨੂੰ ਕਿਸੇ ਨੂੰ ਮਟਰਾਂ ਦੀ ਆ ਸਕਦੀ ਕਿਸੇ ਨੂੰ ਸ਼ਿਮਲਾ ਮਿਰਚ ਦੀ ਕਿਸੇ ਨੂੰ ਕਾਸੇ ਦੀ ਹੈਨਾ ਸੋ ਆ ਦੇਖ ਸਕਦੇ ਆ ਆ ਮੈਨੂੰ ਫੇਸਬੁੱਕ ਦੀ ਆ ਗਈ ਹੈਨਾ ਸੋ ਓਕੇ ਜੀ ਸਾਰੇ ਕਲਿੱਕ ਕਰ ਦਿਓ ਜੀ ਵੱਧ ਵੱਧ ਲਿੰਕ ਤੇ ਤੇ ਵੱਧ ਵੱਧ ਪੇਜ ਫੋਲੋ ਕਰਾਓ ਸਾਰੇ ਗਰੁੱਪਾਂ ਦੇ ਵੀਡੀਓ ਪਚਾਓ ਕੈਨੇਡਾ ਦੀ ਇਮੀਗ੍ਰੇਸ਼ਨ ਬਾਰੇ ਹੋਰ ਵੀ ਨਵੀਆਂ ਖਬਰਾਂ ਤੇ ਆਪਣਾ ਭਰਾ ਇੱਥੋਂ ਇਮੀਗ੍ਰੇਸ਼ਨ ਦਾ ਜਿਹਦਾ ਕੰਮ ਆ ਹਨਾ ਆਈ ਆਰ ਸੀ ਸੀ ਲੋ ਜਿਹੜਾ ਸਰਟੀਫਾਈਡ ਉਹ ਇੰਡੀਆ ਗਿਆ ਹੋਇਆ ਇੱਕ ਵੀਕ ਤੱਕ ਸੈਮੀਨਾਰ ਰੱਖਣਾ ਲੁਧਿਆਣੇ ਚ ਉੱਥੇ ਤੁਸੀਂ ਆਪਣੇ ਪੇਪਰਵਰਕ ਸਾਰਾ ਲੈ ਕੇ ਪਹੁੰਚਿਓ ਤੇ ਉਹਨੂੰ ਚੈੱਕ ਕਰਾਓ ਤੁਹਾਡਾ ਕੈਨੇਡਾ ਦਾ ਵੀਜ਼ਾ ਲੱਗ ਸਕਦਾ ਜਾਂ ਨਹੀਂ ਕੋਈ ਫੀਸ ਨਹੀਂ ਜਗਾ ਤੇ ਡੇਟ ਮੈਂ ਹੀ ਦੱਸ ਦੇਣਾ ਵੀਡੀਓ ਚ ਸਾਰੇ ਲੁਧਿਆਣੇ ਪਹੁੰਚਿਓ ਤੇ ਸਾਰੇ ਜਣੇ ਟਿਕਟੌਕ ਵੀ ਫੋਲੋ ਕਰੋ ਵੱਧ ਵੱਧ ਵੀਡੀਓ ਸ਼ੇਅਰ ਕਰੋ ਤੇ ਸਾਰੇ ਗਰੁੱਪਾਂ ਚ ਪਹਚਾਓ ਤੇ ਲਿੰਕ ਜਰੂਰ ਕਲਿੱਕ ਕਰ ਦਿਓ ਭੇਡਾਂ ਦਾ ਕਾਲ ਇੰਦੀ ਸਵਾਲ ਮੁੰਡਾ ਡੱਬਿਆਂ ਦਾ ਪਿੰਡ ਰੂੜ ਵਾਲਾ ਸ਼ੁਕਰੀਆ ਸ਼ੇਅਰ ਕਰ ਦਿਓ ਤੇ ਲਿੰਕ ਤੇ ਕਲਿੱਕ ਕਰ ਦਿਓ ਸ਼ੁਕਰੀਆ